ਬਾਰਡਰ ਤੇ ਚੱਲ ਰਹੇ ਕਿਸਾਨੀ ਧਰਨੇ ਪ੍ਰਦਰਸ਼ਨ ਤੋਂ ਮੰਦਭਾਗੀ ਖਬਰ ਆਈ। ਦੇਰ ਰਾਤ ਛੰਭੂ ਬਾਰਡਰ ਤੇ ਇੱਕ ਮਹਿਲਾ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਲਵਿੰਦਰ ਕੌਰ ਵਾਸੀ ਤਰਨ ਤਾਰਨ ਵਜੋਂ ਹੋਈ ਹੈ। ਸੋ ਤਰਨ ਤਾਰਨ ਏਰੀਏ ਦੇ ਵਿੱਚੋਂ ਕਾਫੀ ਹੱਦ ਤੱਕ ਜਿਹੜੇ ਨੇ ਕਿਸਾਨ ਇੱਥੇ ਪਹੁੰਚੇ ਹੋਏ ਨੇ ਬਾਰਡਰ ਏਰੀਏ ਦੇ ਨਜ਼ਦੀਕ ਏਰੀਏ ਦੇ ਵਿੱਚੋਂ ਤਰਨ ਤਾਰਨ, ਯਾਨੀ ਕਿ ਵਿਸ਼ੇਸ਼ ਤੌਰ 'ਤੇ ਜੇਕਰ ਗੱਲਬਾਤ ਕੀਤੀ ਜਾਏ ਤਾਂ ਮਾਝੇ ਖੇਤਰ ਦੇ ਜ਼ਿਆਦਾਤਰ ਕਿਸਾਨ ਛੰਭੂ ਬਾਰਡਰ 'ਤੇ ਬੈਠੇ ਨੇ। ਹਾਲਾਂਕਿ ਪੂਰੇ ਪੰਜਾਬ ਦੇ ਵਿੱਚੋਂ ਨੇ, ਲੇਕਿਨ ਮਾਝੇ ਤੋਂ ਜ਼ਿਆਦਾ ਛੰਭੂ ਬਾਰਡਰ 'ਤੇ ਚੱਲ ਰਹੇ ਧਰਨੇ ਪ੍ਰਦਰਸ਼ਨ ਦੇ ਮੱਦੇਨਜ਼ਰ ਜਿੱਥੇ ਨਿਤ ਦਿਨੀ ਜਿਹੜੀਆਂ ਨੇ ਕੁਝ ਅਜਿਹੀਆਂ ਖਬਰਾਂ ਮਿਲ ਰਹੀਆਂ ਨੇ, ਤਾਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦੇਰ ਰਾਤ ਇੱਕ ਮਹਿਲਾ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਬਲਵਿੰਦਰ ਕੌਰ ਵਸਨੀਕ ਤਰਨ ਤਾਰਨ ਵਜੋਂ ਹੋਈ ਹੈ। ਸੋ ਛੰਭੂ ਬਾਰਡਰ 'ਤੇ ਨਿਰੰਤਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ। ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਉੱਧਰ ਰੇਲਵੇ ਸਟੇਸ਼ਨ 'ਤੇ ਵੀ ਧਰਨਾ ਪ੍ਰਦਰਸ਼ਨ ਚੱਲ ਰਿਹਾ। ਤਾਂ ਦੂਸਰੇ ਪਾਸੇ ਸਰਕਾਰ ਅੱਗੇ ਜਿਹੜੀ ਹੈ ਇਹ ਮੰਗ ਕੀਤੀ ਜਾ ਰਹੀ ਹੈ ਕਿ ਸਾਡੀਆਂ ਮੰਗਾਂ ਨੂੰ ਮੰਨੋ ਤਾਂ ਜੋ ਅਸੀਂ ਆਪੋ ਆਪਣੇ ਘਰ ਜਾ ਸਕੀਏ। ਲੇਕਿਨ ਚੋਣ ਜ਼ਾਬਤਾ ਲੱਗਿਆ ਹੈ, ਕੋਡ ਆਫ ਕੰਡਕਟ ਲੱਗਿਆ ਹੈ। ਇਸ ਦੇ ਮੱਦੇਨਜ਼ਰ ਕਿਸਾਨਾਂ ਨੇ ਵੀ ਸਪਸ਼ਟ ਲਹਿਜੇ ਦੇ ਵਿੱਚ ਇਹ ਗੱਲਬਾਤ ਸਾਂਝੀ ਕੀਤੀ ਹੈ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਅਸੀਂ ਆਪਣੇ ਘਰ ਨਹੀਂ ਜਾਵਾਂਗੇ। ਤਾਂ ਹੁਣ ਦੇਖਣਾ ਹੋਏਗਾ ਕਿ ਆਖਿਰ ਕਿੰਨੇ ਕੁ ਮਹੀਨੇ ਹੋਰ ਇਹ ਧਰਨਾ ਪ੍ਰਦਰਸ਼ਨ ਇਸ ਹਿਸਾਬ ਦੇ ਨਾਲ ਚੱਲਦਾ ਹੈ, ਜਾਂ ਫਿਰ ਕਿੰਨੇ ਕੁ ਟਾਈਮ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ। ਕਿਉਂਕਿ ਪਿਛਲੀ ਵਾਰ ਜਿਹੜਾ ਧਰਨਾ ਪ੍ਰਦਰਸ਼ਨ ਦਿੱਲੀ ਦੇ ਸਿੰਘੂ ਬਾਰਡਰ 'ਤੇ ਚੱਲਿਆ, ਦਿੱਲੀ ਦੇ ਵੱਖ ਵੱਖ ਬਾਰਡਰਾਂ 'ਤੇ ਚੱਲਿਆ, ਤਾਂ ਜਦੋਂ ਤਿੰਨ ਕਾਨੂੰਨ ਖੇਤੀ ਕਾਨੂੰਨ ਸੀ ਜਿਹੜੇ ਉਹ ਵਾਪਸ ਲੈ ਗਏ, ਉਸ ਤੋਂ ਬਾਅਦ ਤੋਂ ਹੀ ਜਿਹੜਾ ਇਹ ਧਰਨਾ ਉਸ ਮੌਕੇ 'ਤੇ ਮੁਲਤਵੀ ਕੀਤਾ ਗਿਆ ਸੀ। ਕਿਉਂਕਿ ਹੋਰ ਮੰਗਾਂ ਸੀ ਕਿਸਾਨਾਂ ਦੀਆਂ, ਕਿਹਾ ਗਿਆ ਸੀ ਕਿ ਉਹ ਵੀ ਮੰਨ ਲਈਆਂ ਜਾਣ, ਉਦੋਂ ਤੱਕ ਅਸੀਂ ਧਰਨਾ ਮੁਲਤਵੀ ਕਰਦੇ ਹਾਂ। ਤਾਂ ਮੁੜ ਤੋਂ ਧਰਨਾ ਪ੍ਰਦਰਸ਼ਨ ਸ਼ੁਰੂ ਹੋਇਆ ਕਿਉਂਕਿ ਪੁਰਾਣੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਅਤੇ ਫੋਨ ਲਾਈਨ 'ਤੇ ਮੇਰੇ ਸਹਿਯੋਗੀ ਕਮਲਦੀਪ ਜੁੜੇ ਨੇ। ਕਮਲ, ਛੰਭੂ ਬਾਰਡਰ ਤੋਂ ਇੱਕ ਮੰਦਭਾਗੀ ਖਬਰ ਮਿਲੀ ਹੈ, ਆਖਿਰ ਕੀ ਕਾਰਨ ਰਹੇ ਨੇ, ਕਿਵੇਂ ਇਸ ਮਹਿਲਾ ਜਿਹੜੇ ਕਿਸਾਨ ਦੀ ਮੌਤ ਹੋਈ? ਬਿਲਕੁਲ ਗੁਰਪ੍ਰੀਤ, ਦੇਖੋ ਖਾਸ ਤੌਰ 'ਤੇ ਛੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਕਿਸਾਨਾਂ ਵੱਲੋਂ ਲਗਾਤਾਰ ਜੋ ਤੇਰਾਂ ਤਰੀਕ ਤੋਂ 13 ਫਰਵਰੀ ਤੋਂ ਅੰਦੋਲਨ ਕੀਤਾ ਜਾ ਰਿਹਾ, ਉਸ ਅੰਦੋਲਨ ਦੇ ਤਹਿਤ ਬਹੁਤ ਸਾਰੀਆਂ ਸ਼ਹੀਦੀਆਂ ਜਾਂ ਕਿਸੇ ਦੇ ਮੌਤਾਂ ਵੀ ਨੇ ਜਿਹੜੀਆਂ ਕਿਸਾਨਾਂ ਦੀਆਂ ਹੁਣ ਤੱਕ ਹੋਈਆਂ ਨੇ। ਦੇਰ ਰਾਤ ਇੱਕ ਮੰਦਭਾਗੀ ਖਬਰ ਜੋ ਛੰਭੂ ਬਾਰਡਰ ਤੋਂ ਆਈ ਹੈ, ਜਿੱਥੇ ਕਿਸੇ ਦੇ ਬਲਵਿੰਦਰ ਕੌਰ ਜਿਹਨਾਂ ਦੀ ਉਮਰ 55 ਸਾਲ ਆ, ਉਹਨਾਂ ਦੀ ਡੈਥ ਹੋਈ ਆ। ਹਾਲਾਂਕਿ ਕਿੰਨਾ ਕਾਰਨਾਂ ਕਰਕੇ ਡੈਥ ਹੋਈ ਹੈ ਇਹ ਤਾਂ ਹਜੇ ਨਹੀਂ ਦੱਸਿਆ ਜਾ ਸਕਦਾ। ਉਸ ਤੋਂ ਇਲਾਵਾ ਤਰਨ ਤਾਰਨ ਦੇ ਇਹ ਬਲਵਿੰਦਰ ਕੌਰ ਜਿਹੜੇ ਕਿ ਰਹਿਣ ਵਾਲੇ ਸਨ, ਪਿੱਛੇ ਪਰਿਵਾਰ ਦੇ ਪਿੱਛੇ 2 ਜਿਹੜੇ ਕਿ ਬੱਚੇ ਇਹਨਾਂ ਦੇ ਸਨ, ਤੇ ਉਹ ਵੀ ਇਸ ਅੰਦੋਲਨ ਦੇ ਵਿੱਚ ਸ਼ਾਮਿਲ ਨੇ। ਲਗਾਤਾਰ ਕਹਿ ਸਕਦੇ ਪਰਿਵਾਰ ਇਸ ਅੰਦੋਲਨ ਦੇ ਵਿੱਚ ਸ਼ਮੂਲੀਅਤ ਕੀਤਾ ਹੋਇਆ ਸੀਗਾ। ਜੋ ਟ੍ਰੇਨ ਰੋਕ ਅੰਦੋਲਨ ਚੱਲ ਰਿਹਾ ਉਸ ਜਗ੍ਹਾ ਤੇ ਜੋ ਇਹ ਮਾਤਾ ਬਲਵਿੰਦਰ ਕੌਰ ਸਨ ਉਸ ਜਗ੍ਹਾ ਤੇ ਬੈਠੇ ਹੋਏ ਸਨ, ਪਰ ਦੇਰ ਰਾਤ ਇਹਨਾਂ ਦੀ ਤਬੀਅਤ ਜਿਹੜੀ ਕਿ ਵਿਗੜੀ, ਉਸ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਇਹਨਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਅੱਜ ਇਹਨਾਂ ਦਾ ਜੋ ਪੋਸਟਮਾਰਟਮ ਕੀਤਾ ਜਾਵੇ, ਪੋਸਟਮਾਰਟਮ ਕਰਨ ਤੋਂ ਬਾਅਦ ਜੋ ਸ਼ਰਧਾਂਜਲੀ ਆ ਉਸ ਬਾਰਡਰ ਤੇ ਛੰਭੂ ਬਾਰਡਰ ਤੇ ਸ਼ਰਧਾਂਜਲੀ ਦਿੱਤੀ ਜਾਵੇਗੀ, ਅਤੇ ਉਸ ਤੋਂ ਬਾਅਦ ਜਿਹੜਾ ਕਿ ਤਰਨ ਤਾਰਨ ਵਿਖੇ ਅੰਤਿਮ ਸੰਸਕਾਰ ਇਹਨਾਂ ਦੇ ਜੱਦੀ ਪਿੰਡ ਵਿਖੇ ਕੀਤਾ ਜਾਵੇਗਾ। ਪਰ ਜਿਸ ਹਿਸਾਬ ਦੇ ਨਾਲ ਬੀਤੇ ਦਿਨੀ ਇੱਕ ਵਿਰੋਧ ਤਾਂ ਜਦੋਂ ਕਿਸਾਨ ਕਰ ਰਿਹਾ ਸੀ ਪਟਿਆਲਾ ਦੀ ਲੋਕ ਸਭਾ ਉਮੀਦਵਾਰ ਭਾਰਤੀ ਜਨਤਾ ਪਾਰਟੀ ਦੀ ਮਹਾਰਾਣੀ ਪ੍ਰਨੀਤ ਕੌਰ ਦਾ, ਉਸ ਮੌਕੇ 'ਤੇ ਵੀ ਇੱਕ ਕਿਸਾਨ ਦੀ ਜਾਨ ਚਲੀ ਗਈ ਸੀ, ਇਲਾਜ ਦੌਰਾਨ ਦਮ ਤੋੜ ਦਿੱਤਾ ਸੀ, ਉਸ 'ਤੇ ਭਾਜਪਾ ਪੰਜਾਬ ਦੇ ਪ੍ਰਧਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਸੁਨੀਲ ਕੁਮਾਰ ਜਾਖੜ 'ਤੇ। ਤਾਂ ਉਹਨਾਂ ਦੀ ਹੁਣ ਤੱਕ ਕੋਈ ਸਟੇਟਮੈਂਟ ਇਸ ਪੂਰੇ ਜਿਹੜਾ ਇਹ ਮਾਮਲਾ ਸਾਹਮਣੇ ਆਇਆ, ਇਸ ਤੋਂ ਬਾਅਦ ਉਹਨਾਂ ਦੀ ਕੋਈ ਸਟੇਟਮੈਂਟ, ਸਰਵਨ ਸਿੰਘ ਪੰਧੇਰ ਦੀ ਕੋਈ ਸਟੇਟਮੈਂਟ ਆਈ ਹੈ?
ਬਿਲਕੁਲ ਦੇਖੋ, ਖਾਸ ਤੌਰ ਤੇ ਦੇਖਿਆ ਜਾਵੇ ਕਿਸਾਨ ਆਗੂਆਂ ਵੱਲੋਂ ਲਗਾਤਾਰ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਜਾ ਰਹੀਆਂ ਨੇ ਗੁਰਪ੍ਰੀਤ, ਕਿਉਂਕਿ ਇਹ ਚਾਹੇ ਬੀਤੇ ਦਿਨ ਦਾ ਜੋ ਮਾਮਲਾ ਸੀਗਾ ਉਸ ਨੂੰ ਲੈ ਕੇ ਇਨਸਾਫ ਦੀ ਮੰਗ ਜਿਹੜੀ ਕਿਸਾਨ ਆਗੂਆਂ ਵੱਲੋਂ ਕੀਤੀ ਜਾ ਰਹੀ ਹੈ, ਅੱਜ ਜੋ ਕਹਿ ਸਕਦੇ ਦੇਰ ਰਾਤ ਮੰਦਭਾਗੀ ਖ਼ਬਰ ਆਈ ਹੈ, ਇਸ ਤੇ ਵੀ ਅਫਸੋਸ ਜਿਹੜਾ ਕਿ ਕਿਤੇ ਨਾ ਕਿਤੇ ਕਿਸਾਨ ਲੀਡਰਾਂ ਵੱਲੋਂ ਪ੍ਰਗਟਾਇਆ ਜਾ ਰਿਹਾ, ਉੱਥੇ ਹੀ ਕਹਿ ਸਕਦੇ ਹੁਣ ਤੱਕ ਜਿੰਨੇ ਕਿਸਾਨ ਨੇ। ਠੀਕ ਹੈ।